करतार की सुगंध है, नानक की कसम है, जितनी भी हो गोविंद की तारीफ वह कम है। साथ साथ जी दोनों हाथ जोड़ के वाहिगुरु जी का खालसा ते वाहिगुरु जी की फतेह। साथ साथ जी अज तुसी साडे नाल यूट्यूब चैनल सिंह ट्रैवल दे जरिए दर्शन करोगे गुरुद्वारा कच्ची गढ़ी श्री चमकौर साहब। जिहड़ियां संगतां ने हजे तक सिंह ट्रैवल चैनल हजे तक सबसक्राइब नहीं किया, सबसक्राइब जरूर कर लैन, बैल आइकॉन का बटन भी दबा दें ता जो तुहानू आने वाली हर वीडियो की जानकारी मिलती रहे।
ਸਾਡੇ ਨਾਲ ਇਸ ਸਮੇਂ ਗੁਰਜੀਤ ਸਿੰਘ ਜੀ ਹੈ, ਗੁਰਦੁਆਰੇ ਦੇ ਮੁੱਖ ਸੇਵਾਦਾਰ ਹੈੱਡ ਗ੍ਰੰਥੀ। ਸਾਨੂੰ ਕੱਚੀ ਗੜੀ ਦਾ ਇਤਿਹਾਸ ਪ੍ਰਗਟ ਕਰਾਉਣਗੇ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਦੋਂ ਸਤਿਗੁਰੂ ਜੀ ਪਰਿਵਾਰ ਵਿਛੋੜੇ, ਸਤਿਗੁਰੂ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ। ਸਤਿਗੁਰੂ ਜੀ ਆਪ, ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ 40 ਸਿੰਘ ਪਹੁੰਚੇ ਗ੍ਰਾਮ ਕਿਸ ਦੱਸਣੀ ਤਹਿਕੀਨ ਸਡੇਰਾ। ਸਤਿਗੁਰੂ ਜੀ ਨੇ ਦੱਖਣ ਵਾਲੇ ਪਾਸੇ, ਜਿੱਥੇ ਕਿ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ, ਪਹਿਲਾਂ ਉੱਥੇ ਇੱਕ ਬਹੁਤ ਭਾਰੀ ਬਾਗ ਹੋਇਆ ਕਰਦਾ ਸੀ। ਸਤਿਗੁਰੂ ਜੀ ਆਪ, ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਅਤੇ 40 ਸਿੰਘਾਂ ਨੇ ਉਸ ਬਾਗ ਦੇ ਵਿੱਚ ਆਉਣਾ ਕੀਤਾ, ਰੁਕਣਾ ਕੀਤਾ। ਫਿਰ ਸਤਿਗੁਰੂ ਜੀ ਨੇ ਉਸ ਬਾਗ ਦੇ ਵਿੱਚੋਂ, ਜਿੱਥੇ ਆਪਾਂ ਕਿ ਹੁਣ ਖੜ੍ਹੇ ਹਾਂ, ਦਰਸ਼ਨ ਦੀਦਾਰੇ ਕਰ ਰਹੇ ਹਾਂ, ਇਹ ਇੱਕ ਕੱਚੀ ਗੜੀ ਹੋਇਆ ਕਰਦੀ ਸੀ, ਜਿਸ ਦੇ ਦੋ ਭਰਾ ਮਾਲਕ ਸਨ। ਇੱਕ ਦਾ ਨਾਮ ਸੀ ਭਾਈ ਜਗਤ ਸਿੰਘ ਅਤੇ ਦੂਸਰੇ ਦਾ ਨਾਮ ਸੀ ਭਾਈ ਰੂਪ ਚੰਦ, ਅਤੇ ਉਹਨਾਂ ਦੋਹਾਂ ਭਰਾਵਾਂ ਦਾ ਪਰਿਵਾਰ ਵੀ ਇਸ ਗੜੀ ਦੇ ਵਿੱਚ ਰਹਿ ਰਿਹਾ ਸੀ। ਸਤਿਗੁਰੂ ਜੀ ਨੇ ਉਸ ਬਾਗ ਦੇ ਵਿੱਚੋਂ ਆਪਣੇ ਇੱਕ ਸਿੰਘ ਨੂੰ ਖੜ੍ਹਾ ਕੀਤਾ ਅਤੇ ਕਿਹਾ ਕਿ ਉਹ ਉਸ ਕੱਚੀ ਗੜੀ ਦੇ ਵਿੱਚ ਜਾਣ ਅਤੇ ਭਾਈ ਜਗਤ ਸਿੰਘ ਨੂੰ ਕਹਿਣ ਕਿ ਸਤਿਗੁਰੂ ਜੀ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ। ਸਤਿਗੁਰੂ ਜੀ ਦਾ ਹੁਕਮ ਪਾ ਕਰ ਸਿੰਘ ਜਦੋਂ ਉਸ ਬਾਗ ਦੇ ਵਿੱਚੋਂ ਇਸ ਕੱਚੀ ਗੜੀ ਦੇ ਵਿੱਚ ਭਾਈ ਜਗਤ ਸਿੰਘ ਕੋਲ ਆਇਆ ਤਾਂ ਭਾਈ ਜਗਤ ਸਿੰਘ ਨੇ ਟਾਲ ਮਟੋਲ ਕੀਤੀ ਅਤੇ ਸਿੰਘ ਨੂੰ ਕਹਿਣ ਲੱਗਾ ਕਿ ਮੇਰੇ ਕੋਲ ਕੋਈ ਵੀ ਅਜਿਹੀ ਕੀਮਤੀ ਵਸਤੂ ਨਹੀਂ ਹੈ ਜੋ ਮੈਂ ਸਤਿਗੁਰੂ ਜੀ ਦੇ ਸਨਮੁੱਖ ਰੱਖ ਕੇ ਉਹਨਾਂ ਨੂੰ ਮਿਲ ਸਕਾਂ, ਉਹਨਾਂ ਦਾ ਆਦਰ ਮਾਣ ਸਤਿਕਾਰ ਕਰ ਸਕਾਂ। ਅਤੇ ਉਸਨੇ ਇਹ ਗੱਲ ਕਹਿ ਕੇ ਟਾਲ ਮਟੋਲ ਕਰ ਦਿੱਤੀ। ਜਦੋਂ ਇਹ ਸਾਰੀ ਵਾਰਤਾ ਭਾਈ ਜਗਤ ਸਿੰਘ ਨੇ ਉਸ ਸਿੰਘ ਨੂੰ ਦੱਸੀ ਅਤੇ ਜਾ ਕੇ ਸਿੰਘ ਨੇ ਸਾਰੀ ਵਾਰਤਾ ਸਤਿਗੁਰੂ ਜੀ ਨੂੰ ਦੱਸੀ, ਪਰ ਸਤਿਗੁਰੂ ਜੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ ਹੈ, ਬਸ ਆ ਕੇ ਸਾਨੂੰ ਇੱਕ ਵਾਰੀ ਮਿਲ ਲਵੋ। ਸਤਿਗੁਰੂ ਜੀ ਦਾ ਹੁਕਮ ਪਾ ਕਰ ਫਿਰ ਸਿੰਘ ਉਸ ਬਾਗ ਦੇ ਵਿੱਚ ਇਸ ਕੱਚੀ ਗੜੀ ਦੇ ਵਿੱਚ ਆਇਆ ਭਾਈ ਜਗਤ ਸਿੰਘ ਕੋਲ। ਭਾਈ ਜਗਤ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਨਾ ਹੀ ਮੈਂ ਸਤਿਗੁਰੂ ਜੀ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਨਾ ਹੀ ਮੈਂ ਸਤਿਗੁਰੂ ਜੀ ਦੀ ਕਿਸੇ ਹੀ ਪ੍ਰਕਾਰ ਦੀ ਕੋਈ ਸਹਾਇਤਾ ਕਰਨਾ ਚਾਹੁੰਦਾ ਹਾਂ। ਤਾਂ ਸਾਰੀ ਵਾਰਤਾ ਜਾ ਕੇ ਫਿਰ ਸਿੰਘ ਨੇ ਸਤਿਗੁਰੂ ਜੀ ਨੂੰ ਦੱਸਣਾ ਕੀਤੀ ਅਤੇ ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰੂ ਜੀ ਨੇ ਫਿਰ ਉਸ ਬਾਗ ਦੇ ਵਿੱਚੋਂ ਦੋ ਸਿੰਘ ਖੜ੍ਹੇ ਕੀਤੇ ਅਤੇ ਸੋਨੇ ਦੀਆਂ 50 ਮੋਹਰਾਂ ਉਹਨਾਂ ਸਿੰਘਾਂ ਨੂੰ ਦੇ ਦਿੱਤੀਆਂ ਅਤੇ ਕਿਹਾ ਕਿ ਭਾਈ ਜਗਤ ਸਿੰਘ ਦਾ ਜੋ ਦੂਸਰਾ ਭਾਈ ਹੈ ਛੋਟਾ ਰੂਪ ਚੰਦ, ਉਸ ਨੂੰ ਦੇ ਆਓ। ਅਤੇ ਸਤਿਗੁਰੂ ਜੀ ਦਾ ਹੁਕਮ ਪਾ ਕੇ ਜਦੋਂ ਸਿੰਘ ਭਾਈ ਰੂਪ ਚੰਦ ਕੋਲ ਗਏ ਤੇ ਅਤੇ ਉਸ ਨੇ ਉਹ ਸੋਨੇ ਦੀਆਂ 50 ਮੋਹਰਾਂ ਲੈ ਲਈਆਂ ਅਤੇ ਅੱਧਾ ਹਿੱਸਾ ਗੜੀ ਦਾ ਸਤਿਗੁਰੂ ਜੀ ਨੂੰ ਦੇ ਦਿੱਤਾ। ਸਤਿਗੁਰੂ ਜੀ ਆਪ, ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਅਤੇ 40 ਸਿੰਘਾਂ ਨੇ ਇਸ ਕੱਚੀ ਗੜੀ ਦੇ ਅੱਧੇ ਹਿੱਸੇ ਦੇ ਵਿੱਚ ਆਉਣਾ ਕੀਤਾ ਅਤੇ ਸਿੰਘਾਂ ਨੇ ਸਮਝਾ ਬੁਝਾ ਕੇ ਭਾਈ ਜਗਤ ਸਿੰਘ ਦੇ ਪਰਿਵਾਰ ਨੂੰ ਵੀ ਬਾਹਰ ਕੱਢ ਦਿੱਤਾ ਅਤੇ ਇਸ ਕੱਚੀ ਗੜੀ ਦੇ ਉੱਪਰ ਪੂਰਾ ਆਪਣਾ ਕਬਜ਼ਾ ਕਰ ਲਿਆ। ਜਦੋਂ ਭਾਈ ਜਗਤ ਸਿੰਘ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਨੇ ਮੇਰੇ ਪਰਿਵਾਰ ਨੂੰ ਵੀ ਇਸ ਕੱਚੀ ਗੜੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਉਹ ਗੁੱਸੇ ਦਾ ਭਰਿਆ ਹੋਇਆ ਅਨੰਦਪੁਰ ਸਾਹਿਬ ਵੱਲ ਨੂੰ ਚਲਾ ਗਿਆ ਅਤੇ ਜੋ ਮੁਗਲ ਫੌਜ ਬਾਈਧਾਰ ਦੇ ਰਾਜੇ ਸਤਿਗੁਰੂ ਜੀ ਦੀ ਭਾਲ ਕਰ ਰਹੇ ਸਨ ਉਹਨਾਂ ਨੂੰ ਬਾਗੀ ਕਰਾਰ ਦਿੱਤਾ ਹੋਇਆ ਸੀ, ਸਤਿਗੁਰੂ ਜੀ ਨੂੰ ਸ਼ਹੀਦ ਕਰਨਾ ਚਾਹੁੰਦੇ ਸਨ। ਤਾਂ ਉਸ ਨੇ ਭਾਈ ਜਗਤ ਸਿੰਘ ਨੇ ਜਾ ਕੇ ਮੁਗਲ ਫੌਜਾਂ ਨੂੰ ਕਿਹਾ ਕਿ ਜਿਸ ਸਤਿਗੁਰੂ ਜੀ ਨੂੰ ਤੁਸੀਂ ਫੜਨਾ ਚਾਹੁੰਦੇ ਹੋ ਉਸ ਨੇ ਤਾਂ ਸ੍ਰੀ ਚਮਕੌਰ ਸਾਹਿਬ ਵਿਖੇ ਸਾਡੀ ਕੱਚੀ ਗੜੀ 'ਤੇ ਆਪਣਾ ਕਬਜ਼ਾ ਕਰ ਲਿਆ ਅਤੇ ਸਾਡੇ ਪਰਿਵਾਰ ਨੂੰ ਵੀ ਉਸ ਕੱਚੀ ਗੜੀ ਤੋਂ ਬਾਹਰ ਕੱਢ ਦਿੱਤਾ ਹੈ। ਇੰਨੀ ਗੱਲ ਕਹਿਣ ਦੀ ਦੇਰ ਹੀ ਸੀ ਅਤੇ ਬਾਈਧਾਰ ਦੇ ਰਾਜੇ 10 ਲੱਖ ਦੀ ਫੌਜ ਨੇ ਸ੍ਰੀ ਚਮਕੌਰ ਸਾਹਿਬ ਵੱਲ ਕੂਚ ਕਰ ਦਿੱਤਾ। ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਕਿ 10 ਲੱਖ ਦੀ ਫੌਜ ਅਨੰਦਪੁਰ ਤੋਂ ਸਾਡੇ ਵੱਲ ਚੜ੍ਹ ਕੇ ਆ ਰਹੀ ਹੈ ਤਾਂ ਸਤਿਗੁਰੂ ਜੀ ਨੇ ਇਸ ਕੱਚੀ ਗੜੀ ਦੇ ਵਿੱਚ ਹੀ ਜੰਗ ਦੀ ਮੋਰਚਾਬੰਦੀ ਸ਼ੁਰੂ ਕਰ ਦਿੱਤੀ। ਭਾਈ ਕਾਠਾ ਸਿੰਘ, ਭਾਈ ਮਦਨ ਸਿੰਘ ਜੋ ਕਿ ਸ੍ਰੀ ਚਮਕੌਰ ਸਾਹਿਬ ਦੇ ਸਭ ਤੋਂ ਪਹਿਲਾਂ ਸ਼ਹੀਦ ਹੋਣ ਵਾਲੇ ਦੋ ਸਿੰਘ ਸਨ, ਉਹਨਾਂ ਨੂੰ ਇਸ ਕੱਚੀ ਗੜੀ ਦੇ ਮੁੱਖ ਦਰਵਾਜ਼ੇ 'ਤੇ ਖੜ੍ਹਾ ਦਿੱਤਾ ਗਿਆ ਅਤੇ ਬਾਕੀ ਜਿਹੜੇ ਹੋਰ ਸਿੰਘ ਸਨ ਉਹ ਜੋ ਇਸ ਕੱਚੀ ਗੜੀ ਦੇ ਹੋਰ ਦਰਵਾਜ਼ੇ ਸੀ ਉਹਨਾਂ 'ਤੇ ਤਾਇਨਾਤ ਕੀਤੇ ਗਏ। ਸਤਿਗੁਰੂ ਜੀ ਆਪ, ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰੇ ਜੋ ਇਸ ਕੱਚੀ ਗੜੀ ਦਾ ਸਭ ਤੋਂ ਉੱਪਰਲਾ ਦਰਵਾਜ਼ਾ ਸੀ ਉਸ 'ਤੇ ਜਾ ਕੇ ਖੜ੍ਹੇ ਹੋ ਗਏ ਅਤੇ ਇੱਥੇ ਹੀ ਚਮਕੌਰ ਸਾਹਿਬ ਦੀ ਕੱਚੀ ਗੜੀ ਨੂੰ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ ਅਤੇ ਇਸ ਗੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ
ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਤਿਆਰ ਬਰਤਿਆਰ ਕਰਕੇ ਉਹਨਾਂ ਨੂੰ ਸ਼ਸਤਰ ਬਸਤਰ ਸਜਾ ਕੇ ਉਹਨਾਂ ਦੇ ਨਾਲ ਪੰਜਾਂ ਪੰਜਾਂ ਸਿੰਘਾਂ ਦੇ ਜੱਥਿਆਂ ਨੂੰ ਜਥੇ ਤਿਆਰ ਕਰਕੇ ਇਸ ਕੱਚੀ ਗੜੀ ਦੇ ਵਿੱਚੋਂ ਥੱਲੇ ਮੁਗਲ ਫੌਜਾਂ ਦੇ ਨਾਲ ਲੜਨ ਦੇ ਲਈ ਯੁੱਧ ਕਰਨ ਦੇ ਲਈ ਭੇਜਦੇ ਸਨ। ਸਤਿਗੁਰੂ ਜੀ ਨੇ ਇੱਥੇ ਹੀ ਆਪਣਾ ਬਚਨ ਪੂਰਾ ਕੀਤਾ, ਸਵਾ ਲੱਖ ਸੇ ਏਕ ਲੜਾਊਂ ਤਬਹਿ ਗੋਬਿੰਦ ਸਿੰਘ ਨਾਮ ਕਹਾਊਂ, ਅਤੇ ਇਸੇ ਹੀ ਕੱਚੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਨੂੰ ਆਪਣੀ ਕਲੰਗੀ 'ਤੇ ਪਛਾਕ ਦੇਣਾ ਕੀਤੀ, ਔਰ ਇੱਥੇ ਹੀ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਇਸ ਕੱਚੀ ਗੜੀ ਨੂੰ ਛੱਡਣਾ ਕੀਤਾ, ਔਰ ਇਸ ਕੱਚੀ ਗੜੀ ਦੀ ਕਮਾਨ ਛੱਡਣ ਤੋਂ ਪਹਿਲਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਣ ਸਿੰਘ ਨੂੰ ਧਰੂਹ ਤਾਰੇ ਦੀ ਨਿਸ਼ਾਨੀ ਨੂੰ ਦੱਸਦਿਆਂ ਹੋਇਆਂ ਵੀ ਮੈਂ ਤੁਹਾਨੂੰ ਇਸ ਤਾਰੇ ਦੀ ਸੇਧ 'ਤੇ ਹੀ ਮਿਲਾਂਗਾ, ਸਤਿਗੁਰੂ ਜੀ ਨੇ ਇਸ ਕੱਚੀ ਗੜੀ ਨੂੰ ਛੱਡਣਾ ਕੀਤਾ, ਜਿੱਥੇ ਕਿ ਹੁਣ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਸੁਸ਼ੋਭਿਤ ਹੈ, ਉੱਥੇ ਖਵਾਜਾ ਮਰਦੂਦ ਆਪਣੀ 10 ਲੱਖ ਦੀ ਫੌਜ ਲੈ ਕੇ ਬੈਠਾ ਹੋਇਆ ਸੀ। ਸਤਿਗੁਰੂ ਜੀ ਨੇ ਉਸ ਗੁਰਦੁਆਰਾ ਤਾੜੀ ਸਾਹਿਬ ਵਿਖੇ ਪਿੱਪਲ ਦੇ ਦਰਖਤ ਥੱਲੇ ਖੜਕੇ ਤਾੜੀ ਮਾਰੀ ਅਤੇ ਕਿਹਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜਿਸ ਦੇ ਵਿੱਚ ਜ਼ਰੂਰਤ ਹੋਵੇ ਉਹ ਸਾਨੂੰ ਆ ਕੇ ਫੜ ਲਵੋ। ਸਤਿਗੁਰੂ ਜੀ ਆਪਣੇ ਮੁੱਖ ਤੋਂ ਇੰਨਾ ਬਚਨ ਉਚਾਰਦੇ ਹੋਏ ਉੱਥੋਂ ਜੰਡ ਸਾਹਿਬ, ਝਾੜ ਸਾਹਿਬ, ਫਿਰ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਗਏ, ਅਤੇ ਪਿੱਛੇ ਜੋ ਕਿ ਇਸ ਕੱਚੀ ਗੜੀ ਦੇ ਵਿੱਚ 4-5 ਸਿੰਘ ਭਾਈ ਸੰਗਤ ਸਿੰਘ ਜੀ ਸਮੇਤ ਸ਼ਾਮਲ ਸਨ, ਮੁਗਲ ਫੌਜਾਂ ਨੇ ਅੱਧੀ ਰਾਤ ਨੂੰ ਹੀ ਇਸ ਕੱਚੀ ਗੜੀ 'ਤੇ ਹਮਲਾ ਕਰ ਦਿੱਤਾ, ਅਤੇ ਸਿੰਘਾਂ ਨੇ ਆਪਣੇ ਸਵਾਸਾਂ ਤਾਂ ਹੀ ਮੁਗਲ ਫੌਜਾਂ ਦੇ ਨਾਲ ਜੰਗ ਯੁੱਧ ਕੀਤਾ, ਅਤੇ ਇੱਥੇ ਹੀ ਭਾਈ ਸੰਗਤ ਸਿੰਘ ਜੀ ਵੀ ਆਖਰੀ ਸਵਾਸਾਂ ਤੱਕ ਲੜਦੇ ਹੋਏ ਸ਼ਹੀਦੀਆਂ ਪਾ ਗਏ। ਅੱਲਾ ਯਾਰ ਖਾਂ ਜੋਗੀ ਲਿਖਦੇ ਹਨ, ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇਂ, ਜਹਾਂ ਸੇ ਹੀ ਬਣ ਕੇ ਸਤਾਰੇ ਗਏ ਸ਼ਮਾਂ ਕੇ ਲੀਏ, ਗਰ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਦਰਸ਼ਨ ਕੀਤੇ ਸਿੰਘ ਟਰੈਵਲ ਦੇ ਜ਼ਰੀਏ ਗੁਰਦੁਆਰਾ ਕੱਚੀ ਗੜੀ ਸ੍ਰੀ ਚਮਕੌਰ ਸਾਹਿਬ, ਅਤੇ ਅਗਲੀ ਵੀਡੀਓ ਵਿੱਚ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਝਾੜ ਸਾਹਿਬ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।